ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਕੌਰ ਹਾਜ਼ਰਾ ਜੀ। ਸੁਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਹੁਣ ਤਕਦੀਰ ਨੂੰ ਜ਼ਿਆਦਾਤਰ ਸੁਖੀ ਸੰਭਾਲਦੀ, ਤਕਦੀਰ ਵੀ ਸੁਖੀ ਦੇ ਪਿੱਛੇ ਪਿੱਛੇ ਫਿਰਦੀ ਰਹਿੰਦੀ। ਉੱਧਰ ਸ਼ਿੰਦਾ ਵੀ ਵਿਚੋਲਣ ਦੀ ਉਡੀਕ ਕਰਦਾ ਪਿਆ ਸੀ। ਉਹ ਆਪਣੀ ਡਿਊਟੀ ਤੋਂ ਸਿੱਧਾ ਵਿਚੋਲਣ ਦੇ ਘਰ ਚਲਾ ਗਿਆ। ਉਹ ਵੀ ਸ਼ਿੰਦੇ ਨੂੰ ਉਡੀਕਦੀ ਸੀ, ਜਿਹੜੇ ਸ਼ਹਿਰ 'ਚ ਉਹ ਨੌਕਰੀ ਕਰਦਾ ਸੀ। ਵਿਚੋਲਣ ਵੀ ਉਸੇ ਸ਼ਹਿਰ 'ਚ ਰਹਿੰਦੀ ਸੀ। ਉਸਨੇ ਸਾਰੀ ਗੱਲ ਸਿੰਦੇ ਨੂੰ ਦੱਸੀ ਤਾਂ ਉਹ ਥੋੜ੍ਹਾ ਮਾਯੂਸ ਜਿਹਾ ਹੀ ਗਿਆ, ਪਰ ਉਸਨੇ ਵਿਚੋਲਣ ਨੂੰ ਕੁਛ ਨਹੀਂ ਕਿਹਾ। ਉਸਨੇ ਸਾਰੀ ਗੱਲ ਆਪਣੇ ਦੋਸਤ ਨੂੰ ਦੱਸੀ ਤਾਂ ਉਸਨੇ ਸ਼ਿੰਦੇ ਨੂੰ ਭੜਕਾ ਦਿੱਤਾ ਕਿ ਸੁਖੀ ਤੈਨੂੰ ਟਿੱਚ ਸਮਝਦੀ ਆ, ਤਾਂ ਹੀ ਤੇਰੀ ਚਿੱਠੀ ਦਾ ਜਵਾਬ ਵੀ ਨਹੀਂ ਦਿੱਤਾ। ਨਹੀਂ ਤਾਂ ਕੁੜੀਆਂ ਮਿਲਣ ਨੂੰ ਭੱਜੀਆਂ ਆਉਂਦੀਆਂ ਨੇ, ਨਾਲੇ ਤੂੰ ਕਿਹੜਾ ਵਗਾਨਾ ਉਸ ਦਾ ਹੋਣ ਵਾਲਾ ਘਰ ਵਾਲਾ ਹੈ। ਤੇ ਉਹਨੇ ਜਵਾਬ ਦੇਣਾ ਹੈ ਮੁਨਾਫੀ ਨਾਲ ਸਮਝਿਆ, ਇਹ ਤਾਂ ਸਰਾਸਰ ਤੇਰੀ ਹੱਦ ਕਵ ਕੀਤੀ ਉਸਨੇ, ਮੈਨੂੰ ਤਾਂ ਦਾਜ ਕੁਛ ਕਾਲਾ ਜਾਪਦਾ, ਬਾਕੀ ਤੂੰ ਆਪ ਸਮਝਦਾਰ ਆ। ਸ਼ਿੰਦਾ, ਉਹ ਨਹੀਂ ਨਹੀਂ ਯਾਰ, ਉਹ ਖਾਨਦਾਨੀ ਕੁੜੀ ਆ, ਸਾਡੀ ਦੂਰ ਦੀ ਰਿਸ਼ਤੇਦਾਰੀ 'ਚੋਂ ਮੈਂ ਸਭ ਪਤਾ ਕਰਵਾਇਆ ਹੋਇਆ। ਦੋਸਤ, ਫਿਰ ਤੇਰੀ ਮਰਜ਼ੀ ਭਰਾਵਾ, ਜੋ ਮਰਜ਼ੀ ਸਮਝੀ ਜਾ, ਪਰ ਤੈਨੂੰ ਉਹ ਜੀਰੋ ਸਮਝਦੀ ਆ। ਇੰਨਾ ਆਖ ਉਹ ਤਾਂ ਚਲਾ ਗਿਆ, ਪਰ ਸ਼ਿੰਦੇ ਦੇ ਦਿਲ 'ਚ ਅਨੇਕਾਂ ਸਵਾਲ ਛੱਡ ਗਿਆ। ਸ਼ਿੰਦਾ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਸੁਖੀ ਇੱਕ ਖਾਨਦਾਨੀ ਕੁੜੀ ਆ, ਮੈਨੂੰ ਉਸਦੇ ਪੂਰਾ ਭਰੋਸਾ ਆ, ਪਰ ਉਸਦਾ ਦੋਸਤ ਉਸਨੂੰ ਕਹਿੰਦਾ ਹੈ ਕਿ ਸੁਖੀ ਤੈਨੂੰ ਜੀਰੋ ਸਮਝਦੀ ਆ, ਮੈਨੂੰ ਉਹ ਕੁੜੀ ਠੀਕ ਨਹੀਂ ਲੱਗਦੀ। ਇੰਨਾ ਆਖ ਉਸਦਾ ਦੋਸਤ ਚਲਾ ਗਿਆ, ਪਰ ਸ਼ਿੰਦੇ ਦੇ ਦਿਲ 'ਚ ਅਨੇਕਾਂ ਹੀ ਸਵਾਲ ਪੈਦਾ ਕਰ ਗਿਆ। ਸ਼ਿੰਦਾ ਬਹੁਤ ਕੁਝ ਸੋਚ ਰਿਹਾ ਸੀ, ਪਰ ਉਸਨੂੰ ਆਪਣੇ ਦਿਲ 'ਚ ਹੋ ਰਹੀ ਹਲਚਲ ਚੈਨ ਨਹੀਂ ਲੈਣ ਦੇ ਰਹੀ ਸੀ। ਉਸਦੇ ਦਿਲ 'ਚ ਹੋ ਰਹੀ ਉਥਲ ਪੁਥਲ ਉਸਨੂੰ ਸੁਖੀ ਦੇ ਖਿਲਾਫ ਲਿਜਾ ਰਹੀ ਸੀ। ਉਹ ਆਪਣੇ ਕਿਸੇ ਘਰ ਦੇ ਨਾਲ ਵੀ ਗੱਲ ਸ਼ੇਅਰ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਸਾਰੇ ਭੈਣ ਭਰਾਵਾਂ ਵਿੱਚੋਂ ਵੱਡਾ ਸੀ। ਉਸਦੀ ਇੱਕ ਭੈਣ ਵਿਆਹੀ ਹੋਈ ਸੀ, ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਉਸਨੇ ਮਨੋ ਮਨੀ ਫੈਸਲਾ ਕੀਤਾ ਕਿ ਉਹ ਆਪਣੀ ਭੈਣ ਕੋਲ ਜਾਏਗਾ ਅਤੇ ਉਸਦੇ ਨਾਲ ਸਾਰੀ ਗੱਲ ਖੋਲੇਗਾ। ਅਗਲੇ ਦਿਨ ਉਹ ਦਫ਼ਤਰ ਦਾ ਸਾਰਾ ਕੰਮ ਸਮੇਟਣ ਤੋਂ ਬਾਅਦ ਸਿੱਧਾ ਆਪਣੀ ਭੈਣ ਦੇ ਸਹੁਰੇ ਘਰ ਚਲਾ ਗਿਆ। ਸ਼ਿੰਦੇ ਦਾ ਜੀਜਾ ਡਾਕਟਰ ਸੀ, ਉਹ ਘਰ ਵੀ ਹੀ ਸੀ। ਉਹਨਾਂ ਤਿੰਨਾਂ ਨੇ ਇਕੱਠਿਆਂ ਚਾਹ ਪੀਤੀ ਅਤੇ ਉਸਦੇ ਜੀਜੇ ਡਾਕਟਰ ਨੇ ਪੁੱਛਿਆ, ਜੀਜਾ ਕਿਵੇਂ ਆ ਸ਼ਿੰਦੇ, ਯਾਰ ਤੇਰਾ ਮੂੰਹ ਮੈਨੂੰ ਉਤਰੀ ਅਜਿਹਾ ਲੱਗਦਾ, ਜੇ ਕੋਈ ਗੱਲ ਦਿਲ ਵਿੱਚ ਆ ਤਾਂ ਤੂੰ ਬੇਝਿਜਕ ਕਹਿ ਸਕਦਾ। ਸ਼ਿੰਦਾ, ਨਹੀਂ ਜੀਜਾ ਜੀ, ਐਵੇਂ ਦੀ ਕੋਈ ਗੱਲ ਨਹੀਂ, ਬਸ ਥਕਾਵਟ 'ਚ ਹੀ ਆ ਅਤੇ ਸਿਰ ਵੀ ਦੁੱਖ ਰਿਹਾ। ਜੀਜਾ, ਗੱਲ ਤਾਂ ਜ਼ਰੂਰ ਕੋਈ ਆ, ਪਰ ਤੂੰ ਦੱਸਣਾ ਨਹੀਂ ਚਾਹੁੰਦਾ ਤਾਂ ਤੇਰੀ ਮਰਜ਼ੀ। ਭੈਣ, ਹਾਂ ਹਾਂ ਵੀਰੇ ਦੱਸ ਦੇ ਜੇ ਕੋਈ ਗੱਲ ਹੈ ਤਾਂ, ਨਹੀਂ ਤਾਂ ਤੂੰ ਬਹੁਤ ਖੁਸ਼ ਹੋਣਾ ਮੇਰੇ ਘਰ ਆ ਕੇ, ਪਰ ਅੱਜ ਮੈਨੂੰ ਤੇਰਾ ਚਿਹਰਾ ਬੁਝਿਆ ਹੋਇਆ ਲੱਗ ਰਿਹਾ। ਸ਼ਿੰਦਾ, ਨਹੀਂ ਛੋਟੇ, ਮੈਂ ਦੱਸਿਆ ਤਾਂ ਹੈ ਕਿ ਮੇਰਾ ਸਿਰ ਦੁੱਖ ਰਿਹਾ, ਤੂੰ ਦਵਾਈ ਦੇ ਦੇ ਕੋਈ ਸਿਰ ਦਰਦ ਦੀ, ਘੰਟਾ ਕੁ ਸੌਂ ਲਵਾਂ ਫਿਰ ਹੋ ਜਾਊ ਸੈੱਟ, ਨਾਲੇ ਮੈਂ ਇੱਥੇ ਹੀ ਰਹਿਣਾ, ਕੱਲ੍ਹ ਨੂੰ ਜਾਵਾਂਗਾ ਘਰ, ਕੱਲ੍ਹ ਦੀ ਵੀ ਛੁੱਟੀ ਲੈ ਕੇ ਆਇਆ ਹਾਂ। ਭੈਣ, ਨਾ ਵੀ ਲੈ ਕੇ ਆਇਆ ਹੁੰਦਾ ਮੈਂ ਤਾਂ ਵੀ ਨਹੀਂ ਸੀ ਜਾਣ ਦੇਣਾ। ਇੰਨੇ ਨੂੰ ਉਸਦੇ ਜੀਜੇ ਨੂੰ ਹਸਪਤਾਲ ਤੋਂ ਬੁਲਾਵਾ ਆ ਜਾਂਦਾ ਹੈ ਕਿ ਇੱਕ ਮਰੀਜ਼ ਬਹੁਤ ਸੀਰੀਅਸ ਆ, ਤਾਂ ਉਹ ਮਰੀਜ਼ ਨੂੰ ਦੇਖਣ ਹਸਪਤਾਲ ਚਲਾ ਜਾਂਦਾ ਹੈ। ਹੁਣ ਸ਼ਿੰਦਾ ਅਤੇ ਉਸਦੀ ਭੈਣ ਹੀ ਘਰ ਵਿੱਚ ਹੁੰਦੇ ਹਨ। ਭੈਣ ਦਾ ਵੀ ਦਿਲ ਨਹੀਂ ਟਿਕਦਾ, ਉਹ ਸ਼ਿੰਦੇ ਕੋਲ ਆ ਕੇ ਬੈਠ ਜਾਂਦੀ ਆ ਅਤੇ ਉਸਦੇ ਸਿਰ ਨੂੰ ਹੌਲੀ ਹੌਲੀ ਦਬਾਉਂਦੀ ਆ। ਸ਼ਿੰਦਾ ਜਾਗ ਰਿਹਾ ਸੀ, ਪਰ ਭੈਣ ਸਾਹਮਣੇ ਸੌਣ ਦਾ ਨਾਟਕ ਹੀ ਕਰ ਰਿਹਾ ਸੀ।
ਜਿਵੇਂ ਜਿਵੇਂ ਉਸਦੀ ਭੈਣ ਉਸਦਾ ਸਿਰ ਦਬਾ ਰਹੀ ਸੀ ਉਵੇਂ ਹੀ ਉਸਦਾ ਮਨ ਭਰੀ ਜਾਂਦਾ ਸੀ ਤੇ ਆਖਿਰ ਉਸਦੇ ਕੋਹਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਉਸਦੀ ਭੈਣ ਦੇ ਹੱਥਾਂ ਨੂੰ ਵੀ ਗਿੱਲਾ ਕਰਨ ਲੱਗੇ। ਭੈਣ ਨੇ ਆਪਣੇ ਭਰਾ ਨੂੰ ਚੁੱਪ ਕਰਵਾਇਆ ਤੇ ਫਿਰ ਤੋਂ ਗੱਲ ਪੁੱਛੀ। ਸ਼ਿੰਦਾ ਤਾਂ ਆਇਆ ਹੀ ਸੀ ਇਸ ਲਈ ਕਿ ਤਾਂ ਕਿ ਆਪਣੀ ਭੈਣ ਨਾਲ ਉਹ ਸਾਰੀ ਗੱਲ ਸਾਂਝੀ ਕਰੇ ਤੇ ਉਸਨੇ ਸਾਰੀ ਗੱਲ ਚਿੱਠੀ ਵਾਲੀ ਗੱਲ ਤੋਂ ਸ਼ੁਰੂ ਹੋ ਕੇ ਦੋਸਤ ਵਾਲੀ ਵੀ ਸਾਰੀ ਗੱਲ ਦੱਸੀ ਤੇ ਬੋਲਿਆ, ਸ਼ਿੰਦਾ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ, ਕਿਸ ਦੀ ਗੱਲ ਮੰਨਾਂ ਕਿਸ ਦੀ ਨਾ ਮੰਨਾਂ। ਭੈਣ, ਦੇਖ ਵੀਰੇ, ਕੋਈ ਵੀ ਚੰਗੀ ਕੁੜੀ ਆਪਣੇ ਮਾਪਿਆਂ ਤੋਂ ਵਾਰੀ ਹੋ ਕੇ ਕਿਸੇ ਨਾਲ ਗੱਲ ਨਹੀਂ ਕਰਦੀ। ਫਿਰ ਸੁੱਖੀ ਭਾਬੀ ਨੇ ਵੀ ਆਹੀ ਕਿਹਾ ਕਿ ਘਰ ਆ ਜਾਓ ਤੇ ਮਾਪਿਆਂ ਦੀ ਰਜ਼ਾਮੰਦੀ ਨਾਲ ਘੁੰਮਾਵਾਂਗੇ, ਇਸ ਵਿੱਚੋਂ ਕਿੱਥੇ ਗਲਤ ਆ। ਸ਼ਿੰਦਾ, ਪਰ ਉਹ ਮੇਰੀ ਚਿੱਠੀ ਦਾ ਜਵਾਬ ਤਾਂ ਦੇ ਸਕਦੀ ਸੀ ਜਾਂ ਚਿੱਠੀ ਰੱਖ ਹੀ ਲੈਂਦੀ, ਪਰ ਉਸਨੇ ਤਾਂ ਚਿੱਠੀ ਹੀ ਮੋੜ ਦਿੱਤੀ। ਮੈਨੂੰ ਬਹੁਤ ਗੁੱਸਾ ਆਇਆ ਤੇ ਮੇਰੇ ਤੋਂ ਆਪਣੇ ਦੋਸਤ ਨੂੰ ਵੀ ਸਾਰੀ ਗੱਲ ਦੱਸੀ ਹੋਗੀ। ਮੇਰਾ ਦੋਸਤ ਸਹੀ ਕਹਿੰਦਾ ਸੀ ਕਿ ਕਿਤੇ ਉਸਦਾ ਕਿਸੇ ਹੋਰ ਨਾਲ। ਭੈਣ, ਉਸਦੀ ਗੱਲ ਕੱਟਦੀ ਹੋਈ, ਨਾ ਵੀਰੇ ਐਵੇਂ ਨਹੀਂ ਬਗਾਨੇ ਧੀ ਬਾਰੇ ਬੋਲੀ ਦਾ ਹੁੰਦਾ। ਤੇਰਾ ਦੋਸਤ ਕਿੰਨਾ ਕੁ ਜਾਣਦਾ ਸੁੱਖੀ ਭਾਬੀ ਨੂੰ ਜੋ ਬਿਨ ਮਤਲਬ ਦੀ ਬੋਲ ਰਿਹਾ ਤੇ ਤੂੰ ਸੁਣ ਵੀ ਲਿਆ, ਉੱਪਰੋਂ ਤੂੰ ਵੀ। ਸ਼ਿੰਦਾ, ਪਰ ਸੁੱਖੀ ਨੇ ਮੇਰੀ ਚਿੱਠੀ ਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਲਿਖ ਕੇ। ਭੈਣ, ਉੱਥੇ ਵਿਆਹ ਵਿੱਚ ਵੀ ਤਾਂ ਕਿੰਨੇ ਲੋਕ ਸਨ ਤੇ ਉਸਨੂੰ ਜਾਣਦੇ ਵੀ ਸਨ, ਉਹ ਕਿੱਥੇ ਬੈਠ ਚਿੱਠੀ ਲਿਖਦੀ। ਸ਼ਿੰਦਾ ਆਪਣੀ ਭੈਣ ਦੀ ਗੱਲ ਸਮਝ ਤਾਂ ਗਿਆ ਸੀ ਪਰ ਬੋਲਿਆ ਨਹੀਂ। ਹਮ, ਭੈਣ ਦੇਖ ਵੀਰੇ, ਮੈਂ ਵੀ ਤਾਂ 1.5 ਸਾਲ ਮੰਗੀ ਰਹੀ, ਤੇਰੇ ਜੀਜੀ ਨੇ ਵੀ ਮਿਲਣ ਨੂੰ ਕਿਹਾ ਸੀ ਪਰ ਮੈਂ ਡੈਡੀ ਜੀ ਤੇ ਭਰਾਵਾਂ ਤੋਂ ਡਰਦੀ ਮਿਲਣ ਨਹੀਂ ਗਈ। ਸ਼ਿੰਦਾ, ਲੈ ਸੱਚੀ? ਭੈਣ ਤੂੰ ਮੈਨੂੰ ਦੱਸਣਾ ਸੀ, ਤੁਹਾਡੀ ਵੀ ਤਾਂ ਮੰਗਣੀ ਹੋ ਚੁੱਕੀ ਸੀ, ਮੈਂ ਕਰ ਲੈਣੀ ਸੀ ਗੱਲ ਡੈਡੀ ਜੀ ਨਾਲ। ਭੈਣ, ਵੀਰੇ ਉਹ ਵੇਲਾ ਤਾਂ ਲੰਘ ਗਿਆ, ਹੁਣ ਉਹ ਵੇਲਾ ਸੁੱਖੀ ਤੇ ਤੇਰੇ ਤੇ ਆ, ਉਹ ਵੀ ਆਪਣੇ ਮਾਪਿਆਂ ਦੀ ਇੱਜ਼ਤ ਖਾਤਰ ਚੁੱਪ, ਤੂੰ ਨਹੀਂ ਸਮਝੇਗਾ ਧੀਆਂ ਦੀਆਂ ਮਜਬੂਰੀਆਂ। ਸ਼ਿੰਦਾ, ਠੀਕ ਆ ਭੈਣ, ਮੈਂ ਸਮਝ ਗਿਆ, ਤੂੰ ਤਾਂ ਮੇਰੇ ਮਨ ਦਾ ਬੋਝ ਹਲਕਾ ਕਰਦਾ। ਰਾਤ ਨੂੰ ਸਾਰੇ ਇਕੱਠੇ ਬੈਠ ਰੋਟੀ ਖਾਂਦੇ ਹਨ, ਡਾਕਟਰ ਸਾਹਿਬ ਆ ਜਾਂਦੇ ਹਨ ਤੇ ਉਹ ਸਾਰੇ ਇਕੱਠੇ ਬੈਠ ਰੋਟੀ ਖਾਂਦੇ ਹਨ। ਉਹ ਸ਼ਿੰਦੇ ਦਾ ਵੀ ਆਪਣੇ ਹੀ ਕਮਰੇ 'ਚ ਮੰਜਾ ਡਾਹ ਦਿੰਦੇ ਆ ਤੇ ਫਿਰ ਰਾਤ ਨੂੰ ਉਹ ਸ਼ਿੰਦੇ ਦੇ ਸਾਹਮਣੇ ਹੀ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸਦੀ ਆ। ਤਾਂ ਉਹ ਕਹਿੰਦਾ ਹੈ, ਜੀਜਾ ਸਾਲਿਓ, ਜਦ ਮੈਂ ਕਿਹਾ ਸੀ ਤੇਰੀ ਭੈਣ ਨੂੰ ਮਿਲਣ ਨੂੰ ਉਦੋਂ ਕੀ ਹੋਇਆ ਸੀ, ਹੁਣ ਆਪਣੀ ਬਾਰੀ ਕਿਵੇਂ ਸਿਰ ਸੁੱਟੀ ਬੈਠਾ ਜਿਵੇਂ ਕੁੜੀ ਦੱਬ ਕੇ ਆਇਆ ਹੋਵੇ। ਸ਼ਿੰਦਾ ਕੁਝ ਬੋਲਦਾ, ਉਸ ਤੋਂ ਪਹਿਲਾਂ ਹੀ ਉਸਦੀ ਭੈਣ ਬੋਲੇ, ਖਬਰਦਾਰ ਜੇ ਮੇਰੇ ਭਰਾ ਨੂੰ ਕੁਝ ਕਿਹਾ, ਸਿਆਣੀਆਂ ਕੁੜੀਆਂ ਆਪ ਸਭ ਸਹਿ ਲੈਂਦੀਆਂ ਪਰ ਆਪਣੇ ਮਾਪਿਆਂ ਤੇ ਉਂਗਲ ਨਹੀਂ ਉੱਠਣ ਦਿੰਦੀਆਂ। ਜੀਜਾ, ਹਾਂ 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 ਹਾਂ, ਉਹ ਤਾੜੀ ਮਾਰ ਕੇ ਹੱਸਦਾ ਆ। ਸ਼ਿੰਦਿਆ ਗੱਲ ਸੁਣ ਮੇਰੀ, ਯਾਰ ਮੈਂ ਤਾਂ ਮਜ਼ਾਕ ਕਰਦਾ ਸੀ, ਜੋ ਤੇਰੀ ਭੈਣ ਨੇ ਕੀਤਾ ਸੀ ਸੁੱਖੀ ਨੇ ਵੀ ਇਹੀ ਕੀਤਾ ਯਾਰ, ਉਹ ਕੁੜੀ ਬਹੁਤ ਸਮਝਦਾਰ ਆ, ਆਪਣੇ ਮਾਂ ਬਾਪ ਦੀ ਇੱਜ਼ਤ ਸਮਝਦੀ ਆ, ਆਪਾਂ ਇੰਨੇ ਖੁੱਲ੍ਹੇ ਵਿਚਾਰਾਂ ਦੇ ਨਹੀਂ, ਉਹਨਾਂ ਨੇ ਉਹੀਓ ਕੀਤਾ ਜੋ ਆਪਾਂ ਸੰਸਕਾਰ ਦਿੱਤੇ, ਇਸ ਦੇ ਵਿੱਚ ਕੁੜੀਆਂ ਦੀ ਗਲਤੀ ਨਹੀਂ ਹੁੰਦੀ, ਆਪਾਂ ਹੀ ਕੁਝ ਵੱਧ ਸੋਚ ਲੈਂਦੇ ਹਾਂ ਉਹਨਾਂ ਬਾਰੇ ਤੇ ਅਣ ਕਿਸਿਆਂ ਆਸਾਂ ਲਾ ਲੈਂਦੇ ਹਾਂ। ਸ਼ਿੰਦਾ, ਹਾਂਜੀ ਹਾਂਜੀ ਜੀਜਾ ਜੀ, ਮੈਂ ਸਮਝ ਗਿਆ, ਆ ਤੁਹਾਡੇ ਵਾਲੀ ਗੱਲ ਵੀ ਮੈਨੂੰ ਅੱਜ ਹੀ ਪਤਾ ਲੱਗੀ ਆ, ਸ਼ਾਇਦ ਮੈਂ ਵੀ ਉਸ ਸਮੇਂ ਸਹਿਮਤ ਨਾ ਹੁੰਦਾ। ਭੈਣ, ਚਲੋ ਛੱਡੋ ਇਹ ਸਭ, ਆ ਦੁੱਧ ਪੀਓ ਤੇ ਉਹ ਦੋਵਾਂ ਦੇ ਹੱਥ 'ਚ ਗਲਾਸ ਫੜਾ ਦਿੰਦੀ ਆ। ਸ਼ਿੰਦੇ ਦੇ ਮਨ ਤੋਂ ਬੋਝ ਉਤਰ ਗਿਆ ਸੀ,
ਸ਼ਿੰਦਾ ਆਪਣੇ ਦਫ਼ਤਰ ਤੋਂ ਸਿੱਧਾ ਜਦੋਂ ਆਪਣੀ ਭੈਣ ਕੋਲ ਜਾਂਦਾ ਹੈ ਤਾਂ ਉਹ ਉਸਨੂੰ ਬਹੁਤ ਕੁਝ ਸਮਝਾਉਂਦੀ ਆ ਅਤੇ ਸ਼ਿੰਦਾ ਬਹੁਤ ਹੱਦ ਤੱਕ ਸਮਝ ਵੀ ਜਾਂਦਾ ਹੈ। ਉਸਦੇ ਮਨ 'ਤੇ ਸੁੱਖੀ ਦੇ ਲਈ ਜੋ ਸ਼ੱਕ ਉਸਦੇ ਦੋਸਤ ਨੇ ਉਤਪੰਨ ਕੀਤਾ ਸੀ ਉਸਦਾ ਬੋਝ ਉਸਦੇ ਮਨ ਤੋਂ ਬਹੁਤ ਹੱਦ ਤੱਕ ਉਤਰ ਗਿਆ ਸੀ ਅਤੇ ਉਹ ਚੈਨ ਦੀ ਨੀਂਦ ਸੋ ਗਿਆ। ਸਵੇਰੇ ਉੱਠ ਕੇ ਉਹ ਕਹਿੰਦਾ ਹੈ ਕਿ ਮੈਂ ਵਾਪਸ ਘਰ ਜਾਣਾ ਚਾਹੁੰਦਾ ਹਾਂ, ਪਰ ਉਸਦੀ ਭੈਣ ਅਤੇ ਜੀਜੇ ਨੇ ਉਸਨੂੰ ਰੋਕ ਲਿਆ ਅਤੇ ਆਪਣੇ ਸ਼ਹਿਰ ਸ਼ੋਪਿੰਗ ਕਰਵਾਉਣ ਲਈ ਲੈ ਗਏ। ਉਸਦੀ ਭੈਣ ਨੇ ਸੁੱਖੀ ਲਈ ਵੀ 2 ਸੂਟ ਖਰੀਦੇ ਅਤੇ ਸ਼ਿੰਦੇ ਲਈ ਵੀ ਵਿਆਹ ਦੇ ਕੱਪੜੇ ਖਰੀਦੇ ਤਾਂ ਸ਼ਿੰਦਾ ਕਹਿਣ ਲੱਗਾ, ਸ਼ਿੰਦਾ ਲੈ ਭੈਣ ਆਹ ਕੀ ਆ, ਵਿਆਹ ਦੀ ਤਾਂ ਅਜੇ ਡੇਟ ਵੀ ਫਿਕਸ ਨਹੀਂ ਕੀਤੀ ਅਤੇ ਤੁਸੀਂ ਕੱਪੜੇ ਵੀ ਖਰੀਦ ਲਏ, ਕੀ ਪਤਾ ਅਗਲੇ ਵਿਆਹ ਕਰਵਾਉਣ ਤੋਂ ਮੁੱਕਰ ਹੀ। ਭੈਣ ਉਸਦੀ ਗੱਲ ਕਰਦੀ ਹੋਈ, ਭੈਣ ਵੀਰੇ ਤੂੰ ਵੀ ਨਾ ਕੋਈ ਚੱਜ ਦੀ ਗੱਲ ਨਾ ਕਰੀ, ਕੀ ਫਾਇਦਾ ਹੋਇਆ ਇੰਨਾ ਸਮਝਾਉਣ ਦਾ, ਜਾ ਮੈਂ ਨਹੀਂ ਬੋਲਦੀ ਤੇਰੇ ਨਾਲ, ਅਤੇ ਉਹ ਬੁੱਲ ਟੇਰਦੀ ਹੋਈ ਦੂਜੇ ਪਾਸੇ ਚੱਕਣ ਲੱਗੀ। ਸ਼ਿੰਦਾ ਆਪਣੀ ਭੈਣ ਤੋਂ 1 ਸਾਲ ਹੀ ਵੱਡਾ ਸੀ ਪਰ ਰੋਹ ਪੂਰਾ ਰੱਖਦਾ ਸੀ ਅਤੇ ਹੁਣ ਵਿਆਹ ਤੋਂ ਉਹ ਆਪਣੇ ਭਰਾ 'ਤੇ ਰੋਹ ਰੱਖਣ ਲੱਗੇ ਕਿਉਂਕਿ ਅਕਸਰ ਭੈਣਾਂ ਦੀ ਕਮੀ ਅਤੇ ਕਦਰ ਉਹਨਾਂ ਦੇ ਸਹੁਰੇ ਤੁਰ ਜਾਣ ਮਗਰੋਂ ਹੀ ਪਤਾ ਲੱਗਦੀ ਆ। ਜਿਸ ਦਾ ਸਬੂਤ ਸੀ ਸ਼ਿੰਦਾ ਆਪਣੀ ਮਨ ਦੀ ਗੱਲ ਕਰਨ ਐਡੀ ਦੂਰ ਚੱਲ ਕੇ ਉਸਦੇ ਸਹੁਰੇ ਜਾ ਪਹੁੰਚਿਆ। ਖੈਰ ਸ਼ਿੰਦੇ ਨੇ ਆਪਣੀ ਭੈਣ ਦੇ ਮੋਢੇ ਫੜ ਕੇ ਉਸਦਾ ਮੂੰਹ ਆਪਣੇ ਵੱਲ ਕੀਤਾ ਅਤੇ ਬੋਲਿਆ, ਚੰਗਾ ਸੌਰੀ ਮੇਰੀ ਮਾਂ, ਐਵੇਂ ਨਾ ਰੁੱਸਿਆ ਕਰ ਮੇਰੇ ਨਾਲ, ਜਦੋਂ ਤੂੰ ਰੁੱਸਦੇ ਹਾਂ ਤਾਂ ਸਾਰਾ ਜੱਗ ਰੁੱਸਿਆ ਲੱਗਦਾ। ਹੁਣ ਸ਼ਿੰਦੇ ਨੇ ਆਪਣੀ ਭੈਣ ਦਾ ਚਿਹਰਾ ਆਪਣੇ ਦੋਵੇਂ ਹੱਥਾਂ 'ਚ ਫੜਿਆ ਹੋਇਆ ਸੀ। ਉਹ ਉਸਦੇ ਹੱਥ ਆਪਣੇ ਹੱਥਾਂ ਨਾਲ ਫੜ ਕੇ ਪਰਾਂ ਕਰਦੀ ਹੋਈ ਕਹਿੰਦੀ ਆ, ਭੈਣ ਵੇਖ ਹਾਂ ਵੱਡਾ ਹੀਰੋ, ਰਾਹ ਦੇਖਿਆ ਸੀ ਕਿ ਮੈਂ ਮੂੰਹ ਲਟਕਾਈ ਬੈਠਾ ਸੀ, ਅੱਗੇ ਤੋਂ ਮੇਰੀ ਸੁੱਖੀ ਭਾਬੀ ਬਾਰੇ ਕਦੇ ਵੀ ਗਲਤ ਨਾ ਸੋਚੀ। ਸ਼ਿੰਦਾ ਨਹੀਂ ਨਹੀਂ ਮੇਰੀ ਭੈਣੇ, ਮੈਂ ਨਹੀਂ ਸੋਚਦਾ ਹੁਣ ਕਦੇ ਵੀ, ਉਹ ਤਾਂ ਉਸ। ਭੈਣ ਹਾਂ ਹਾਂ ਮੈਂ ਸਮਝ ਗਈ, ਪਰ ਅੱਗੇ ਤੋਂ ਧਿਆਨ ਰੱਖੀ ਦੁਬਾਰਾ ਇਹ ਗਲਤੀ ਨਾ ਹੋਵੇ। ਉਹ ਉਸੇ ਗੱਲ ਵਾਲੇ ਕਰਦੀ ਹੋਈ ਬੋਲੀ, ਸ਼ਿੰਦਾ ਸੱਤ ਵਚਨ ਮਹਾਰਾਜ, ਤੇ ਦੋਵੇਂ ਹੱਸ ਪੈਂਦੇ ਹਨ। ਉਸ ਤੋਂ ਬਾਅਦ ਉਹ ਦਰਜੀ ਕੋਲ ਜਾਂਦੇ ਹਨ ਤੇ ਸ਼ਿੰਦੇ ਦੇ 2 ਕਮੀਜ਼ਾਂ ਤੇ 2 ਪੈਂਟਾਂ ਤੇ 2 ਕੁੜਤੇ ਪਜਾਮੇ ਸਿਉਣ ਲਈ ਦੇ ਦਿੰਦੇ ਹਨ। ਘਰ ਆਉਂਦੇ ਵਕਤ ਰਿਸ਼ਤੇ 'ਚ ਉਸਦਾ ਜੀਜਾ ਆਪਣੀ ਘਰਵਾਲੀ ਨੂੰ ਕਹਿੰਦਾ, ਆਪਣੇ ਭਰਾ ਦੇ ਪਿਆਰ 'ਚ ਅੱਜ ਆਪਣੀ ਘਰਵਾਲੀ ਨੂੰ ਭੁੱਲ ਹੀ ਗਈ ਤੂੰ। ਤਾਂ ਕਿਉਂ ਜੀ, ਮੈਂ ਕੀ ਕਰਤਾ ਜੋ ਮੈਨੂੰ ਬੋਲ ਰਹੇ ਹੋ, ਹੋਰ ਕੀ, ਅੱਗੇ ਹਮੇਸ਼ਾ ਮੇਰੇ ਲਈ ਕੁਛ ਨਾ ਕੁਛ ਖਰੀਦ ਲੈਂਦੀ ਹੁੰਦੀ ਸੀ, ਤਾਂ ਅੱਜ, ਪਰ ਅੱਜ ਆਪਣੇ ਭਰਾ ਤੇ ਭਾਬੀ ਤੋਂ ਸਿਵਾ ਕੁਝ ਦਿਖਿਆ ਹੀ ਨਹੀਂ ਤੈਨੂੰ। ਨਹੀਂ ਜੀ, ਅਜਿਹੀ ਕੋਈ ਗੱਲ ਨਹੀਂ, ਅੱਜ ਇਹਨਾਂ ਦੋਵਾਂ ਲਈ ਹੀ ਸ਼ੋਪਿੰਗ ਕਰਨੀ ਸੀ ਮੈਂ, ਤਾਂ ਕਿ ਮੇਰੇ ਵੀਰ ਦਾ ਮਨ ਖੁਸ਼ ਹੋ ਜਾਵੇ। ਸ਼ਿੰਦਾ ਫਿਰ ਕੀ ਹੋ ਗਿਆ? ਜੀਜਾ ਜੀ, ਆਪਾਂ ਦੋਵਾਂ ਦਾ ਨਾਪ ਇੱਕੋ ਜਿਹਾ, ਚਾਰਾਂ ਵਿੱਚੋਂ ਆਪਾਂ 2-2 ਲੈ ਲਵਾਂਗੇ। ਭੈਣ ਨਹੀਂ ਵੀਰੇ, ਸ਼ਗਨ ਦੇ ਕੱਪੜੇ ਹਨ, ਬਸ ਤੂੰ ਸਵਾ ਕੇ ਰੱਖੀ, ਤੇਰੇ ਜੀਜੇ ਨੂੰ ਮੈਂ ਹੋਰ ਲੈ ਦੇਵਾਂਗੀ। ਜਦੋਂ ਤੇਰੇ ਲਈ ਸ਼ੇਰਵਾਨੀ ਤੇ ਕੋਟ ਪੈਂਟ ਲੈਣਾ, ਇਹ ਵੀ ਆਪਣੀ ਪਸੰਦ ਦਾ ਲੈ ਲੈਣਗੇ। ਜੀਜਾ ਮੈਂ ਲੈ ਕੇ ਦੇਵੇਂਗੀ। ਹਾਂ 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 ਹਾਂ, ਪੈਸੇ ਤਾਂ ਮੇਰੇ ਹੀ ਲਵਾਵੇਂਗੀ, ਨਾਲੇ ਮੈਂ ਕੀ ਕਰਨਾ, ਕੋਟ ਪੈਂਟ ਪਹਿਲਾਂ ਹੀ ਅਲਮਾਰੀ ਭਰੀ ਪਈ ਆ। ਸ਼ਿੰਦਾ ਕੋਈ ਗੱਲ ਨਹੀਂ ਜੀਜਾ ਜੀ, ਤੁਹਾਡੇ ਲਈ ਮੈਂ ਲੈ ਆਵਾਂਗਾ, ਨਾਲੇ ਸ਼ਗਨ ਵਾਲੀ ਥਾਲੀ ਪੁਰਾਣੇ ਕੋਟ ਪੈਂਟ 'ਚ ਨਹੀਂ ਚੱਕਣ ਦੇਣੀ ਮੈਂ। ਉਹ ਹੱਸਦੇ ਮਜ਼ਾਕ ਕਰਦੇ ਘਰ ਪਹੁੰਚ ਗਏ ਤੇ ਕੁਝ ਖਾਣ ਪੀਣ ਮਗਰੋਂ ਸ਼ਿੰਦਾ ਆਪਣੇ ਘਰ ਨੂੰ ਵਾਪਸ ਚਲਾ ਗਿਆ।
ਉਧਰ ਸੁਖੀ ਦੇ ਭਰਾ ਹਰਮੇਲ ਦੇ ਇੱਕ ਪੁੱਤਰ ਨੇ ਜਨਮ ਲਿਆ। ਘਰ 'ਚ ਖੁਸ਼ੀਆਂ ਦੁੱਗਣੀਆਂ ਹੋ ਗਈਆਂ, ਪਰ ਜਸਮੇਲ ਦੇ ਫੇਰ ਕੁੜੀ ਹੋ ਗਈ। ਉਹ ਇਸ ਵਾਰ ਆਪਣੇ ਸਹੁਰੇ ਘਰ ਸੀ। ਸੁਖੀ ਦੀਆਂ ਦੋਵਾਂ ਵੱਡੀਆਂ ਭੈਣਾਂ ਦੇ ਘਰ ਹਰਮੇਲ ਦੇ ਮੁੰਡੇ ਦੀ ਭੇਲੀ ਭੇਜੀ ਗਈ। ਹਰਮੇਲ ਦੇ ਸਹੁਰੇ ਘਰ ਤੇ ਸੁਖੀ ਦੇ ਸਹੁਰੇ ਘਰ ਵੀ ਸਾਰੇ ਬਹੁਤ ਖੁਸ਼ ਸਨ, ਪਰ ਜਸਮੇਲ ਆਪਣੇ ਆਪ ਨੂੰ ਤੀਆਂ ਦੇ ਬੋਝ ਹੇਠ ਦੱਬਿਆ ਮਹਿਸੂਸ ਕਰਨ ਲੱਗੇ, ਜਿਸ ਕਰਕੇ ਗਰੇਵਾਲ ਸਾਹਿਬ ਤੇ ਕੁਲਜੀਤ ਨੇ ਆਪਣੀ ਦੋਤਰੀ ਤਕਦੀਰ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ, ਕਿਉਂਕਿ ਤਕਦੀਰ ਦੀ ਦਾਦੀ ਉਸਨੂੰ ਚੰਗਾ ਨਹੀਂ ਸਮਝਦੀ ਸੀ। ਉਸਦਾ ਕਹਿਣਾ ਸੀ ਕਿ ਇਹ ਅਭਾਗੀ ਆ ਜੋ ਆਪਣੇ ਪਿੱਛੇ ਕੁੜੀਆਂ ਦੀ ਫੌਜ ਲੈ ਆਈ, ਕਿਉਂਕਿ ਤਕਦੀਰ ਦੇ ਚਾਚੇ ਦੀ ਵੀ ਤਕਦੀਰ ਦੇ ਜਨਮ ਤੋਂ ਬਾਅਦ ਦੋ ਕੁੜੀਆਂ ਹੋ ਗਈਆਂ ਸਨ। ਸੁੱਖੀ ਦਾ ਵਿਆਹ ਰੱਖ ਦਿੱਤਾ ਗਿਆ, 2 ਮਹੀਨੇ ਹੀ ਬਾਕੀ ਸਨ। ਉਹਨਾਂ ਦਿਨਾਂ ਵਿੱਚ ਹੀ ਕਰਵਾ ਚੌਥ ਦਾ ਵਰਤ ਵੀ ਆ ਗਿਆ। ਸੁੱਖੀ ਦੀ ਵਿਚੋਲਣ ਆ ਗਈ ਤੇ ਉਸਦੀ ਸੱਸ ਵੱਲੋਂ ਭੇਜਿਆ ਕਰਵਾ ਚੌਥ ਦਾ ਸਰਗੀ ਦਾ ਸਮਾਨ ਦੇ ਗਈ। ਗਰੇਵਾਲ ਸਾਹਿਬ ਨੇ ਵੀ ਸ਼ਿੰਦੇ ਤੇ ਉਸਦੇ ਘਰਦਿਆਂ ਲਈ ਸ਼ਗਨ ਵਜੋਂ ਕੁਝ ਤੋਹਫ਼ੇ ਭੇਜੇ। ਦੀਵਾਲੀ ਤੋਂ ਕੁਝ ਦਿਨ ਬਾਅਦ ਹੀ ਸੁੱਖੀ ਦਾ ਵਿਆਹ ਸੀ। ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ। ਤਕਦੀਰ ਵੀ ਹੁਣ ਬਹੁਤ ਕੁਝ ਸਮਝਣ ਲੱਗੀ ਸੀ। ਉਸਨੂੰ ਅਹਿਸਾਸ ਹੋ ਗਿਆ ਸੀ ਕਿ ਵਿਆਹ ਤੋਂ ਬਾਅਦ ਸੁਖੀ ਉਸਨੂੰ ਛੱਡ ਕੇ ਸਹੁਰੇ ਘਰ ਚਲੀ ਜਾਵੇਗੀ। ਉਹ ਚੁੱਪ ਚਾਪ ਰਹਿਣ ਲੱਗੇ ਤੇ ਉਸਦਾ ਸੁਭਾਅ ਵੀ ਚਿੜਚਿੜਾ ਜਿਹਾ ਹੋ ਗਿਆ, ਕਿਉਂਕਿ ਤਕਦੀਰ ਸੁਖੀ ਨੂੰ ਆਪਣੀ ਮਾਂ ਸਮਝਦੀ ਸੀ ਤੇ ਸੁਖੀ ਵੀ ਉਸਨੂੰ ਬਹੁਤ ਪਿਆਰ ਕਰਦੀ ਸੀ। ਵਿਆਹ ਤੋਂ ਹਫ਼ਤਾ ਪਹਿਲਾਂ ਕੁਲਜੀਤ ਦੀਆਂ 2ਵੇਂ ਧੀਆਂ ਤੇ ਨੂੰ ਪੁੱਤ ਵੀ ਆ ਗਏ ਸਨ। ਘਰ 'ਚ ਰੌਣਕਾਂ ਲੱਗ ਗਈਆਂ, ਨਿੱਕੇ ਜਵਾਕਾਂ ਦੀਆਂ ਕਿਲਕਾਰੀਆਂ ਗੂੰਜਦੀਆਂ। ਰੋਟੀ ਪਾਣੀ ਤੇ ਘਰ ਦੇ ਕੰਮ ਕਰ ਲਈ ਉਚੇਚੇ ਤੌਰ ਤੇ ਨੌਕਰ ਰੱਖ ਲਏ ਗਏ। ਰਿਸ਼ਤੇ ਵਿੱਚੋਂ ਦਰਜੀ ਦਾ ਕੰਮ ਕਰਦੀ ਇੱਕ ਔਰਤ ਨੂੰ ਵੀ ਬੁਲਾ ਲਿਆ ਗਿਆ। ਉਸਨੇ ਉੱਪਰ ਚਵਾਰੇ ਵਾਲਾ ਇੱਕ ਕਮਰਾ ਸਾਂਭ ਲਿਆ ਤੇ ਉਸਦੇ ਕਮਰੇ ਵਿੱਚੋਂ ਸਾਰਾ ਦਿਨ ਮਸ਼ੀਨ ਦੀ ਆਵਾਜ਼ ਆਉਂਦੀ ਰਹਿੰਦੀ ਸੀ। ਉਸਨੇ ਸੁੱਖੀ ਦੇ ਵਿਆਹ ਵਾਲੇ ਤੇ ਘਰ ਦੀਆਂ ਸਭ ਔਰਤਾਂ ਦੇ ਕੱਪੜੇ ਤਿਆਰ ਕੀਤੇ। ਚੁੰਨੀਆਂ ਨੂੰ ਗੋਟੇ ਕਿਨਾਰੀਆਂ ਲੱਗਣ ਲੱਗੇ। ਇੱਕ ਫੁਲਕਾਰੀ ਕੁਲਜੀਤ ਤੇ ਸੁੱਖੀ ਦੋਵਾਂ ਨੇ ਮਿਲ ਕੇ ਤਿਆਰ ਕੀਤੀ। ਗਰੇਵਾਲ ਸਾਹਿਬ ਦੀ ਬੀਪੀ ਵਧਣ ਕਾਰਨ ਤਬੀਅਤ ਕੁਝ ਢਿੱਲੀ ਰਹਿਣ ਲੱਗੀ। ਡਾਕਟਰ ਨੇ ਕੁਝ ਆਰਾਮ ਕਰਨ ਦੀ ਸਲਾਹ ਦਿੱਤੀ, ਪਰ ਉਹ ਆਰਾਮ ਕਿਵੇਂ ਕਰ ਸਕਦੇ ਸਨ? ਇੱਕ ਪਾਸੇ ਦਫ਼ਤਰੀ ਕੰਮਾਂ ਦਾ ਰੁਝੇਵਾ ਤੇ ਦੂਜੇ ਪਾਸੇ ਵਿਆਹ, ਜਿਸ ਦੇ ਚੱਲਦਿਆਂ ਹੀ ਗਰੇਵਾਲ ਸਾਹਿਬ ਵੀ ਵੀਕਐਂਡ ਤੇ ਆਪਣੀ ਪਤਨੀ ਨੂੰ ਲੈ ਕੇ ਕੁਝ ਨਾ ਕੁਝ ਖਰੀਦਦੇ ਰਹਿੰਦੇ। ਉਹਨਾਂ ਇੱਕ ਪੇਟੀ ਖਰੀਦ ਲਈ ਤੇ ਉਸਦੇ ਵਿੱਚ ਦਾਜ ਦਾ ਸਮਾਨ ਇਕੱਠਾ ਕਰਨ ਲੱਗੇ। ਉਹਨਾਂ ਸਮਿਆਂ 'ਚ ਕੁੜੀ ਨੂੰ ਦਾਜ ਪੇਟੀ ਦੇਣ ਦਾ ਬਹੁਤ ਰਿਵਾਜ ਸੀ। ਹੌਲੀ ਹੌਲੀ ਉਹਨਾਂ ਸਾਰਾ ਸਮਾਨ ਇਕੱਠਾ ਕਰ ਲਿਆ। ਸੁੱਖੀ ਕਢਾਈ ਬਹੁਤ ਸੋਹਣੀ ਕਰਦੀ ਸੀ। ਉਸਨੇ ਕਈ ਚਾਦਰਾਂ ਕੱਢੀਆਂ ਤੇ ਉਸਦੇ ਮੋਰ, ਤੋਤੇ, ਘੁੱਗੀਆਂ ਦਾ ਜੋੜਾ ਤੇ ਵੇਲ ਬੂਟੇ ਕੱਢੇ ਜੋ ਮੂੰਹੋਂ ਬੋਲਣ ਲੱਗਦੇ। ਸਲਾਈਆਂ ਬੁਣਨਾ, ਕਰੋਸ਼ੀਆ, ਹਰ ਕੰਮ 'ਚ ਸੁੱਖੀ ਮੁਹਾਰਤ ਰੱਖਦੀ। ਉਹ ਹੌਲੀ ਹੌਲੀ ਆਪਣੀ ਮਾਂ ਕੁਲਜੀਤ ਵਾਂਗ ਸੁੰਗੜ ਸਿਆਣੀ ਬਣ ਗਈ। ਬੇਸ਼ੱਕ ਉਹ ਸ਼ਹਿਰ 'ਚ ਰਹਿੰਦੇ, ਪਰ ਉਸਨੂੰ ਹਰ ਕੰਮ ਸਿੱਖਣ ਦੀ ਚਾਹਤ ਹੁੰਦੀ। ਉਸਨੇ ਪੇਂਟਿੰਗ ਵੀ ਸਿੱਖੀ, ਕਿਉਂਕਿ ਉਹ ਡਰਾਇੰਗ ਬਹੁਤ ਵਧੀਆ ਕਰਦੀ ਸੀ। ਉਸਨੇ ਆਪਣੇ ਲਈ ਫੁਲਕਾਰੀ ਦੇ ਦੁਪੱਟੇ ਤੇ ਸੂਟਾਂ 'ਤੇ ਵੀ ਕਢਾਈ ਕੱਢੀ। ਉਸਦੇ ਕੀਤੇ ਹੋਏ ਕੰਮ ਮੂੰਹੋਂ ਬੋਲਦੇ, ਸਾਰੇ ਉਸਦੇ ਕੰਮਾਂ ਦੀਆਂ ਤਾਰੀਫਾਂ ਕਰਦੇ। ਆਪਣੀਆਂ ਤਾਰੀਫਾਂ ਸੁਣ ਉਹ ਆਪਣੇ ਆਪ ਨੂੰ ਸਿਆਣੀ ਸਮਝਦੀ, ਖੁਸ਼ ਹੁੰਦੀ। ਪਰ ਇਸ ਸਭ ਤੋਂ ਅਣਜਾਣ ਕਿ ਵਿਆਹ ਤੋਂ ਬਾਅਦ ਆਉਣ ਵਾਲਾ ਸਮਾਂ
ਕਿਹੋ ਜਿਹਾ ਹੋਵੇਗਾ। ਉਹ ਦਿਲ 'ਚ ਚਾਸ ਮਿੱਟੀ ਖੁਸ਼ ਰਹਿੰਦੀ। ਹੱਬ ਤੱਕ ਰਹਿ ਗਿਆ ਸੀ ਸੁੱਖੀ ਦੇ ਵਿਆਹ ਵਿੱਚ, ਕੰਧਾਂ 'ਤੇ ਕਲੀਆਂ ਹੋ ਚੁੱਕੀਆਂ ਸਨ, ਦਰਵਾਜ਼ੇ ਵੀ ਰੰਗ ਰੋਗਨ ਕਰਕੇ ਲਿਸ਼ਕਾਏ ਹੋਏ ਸਨ, ਪਰਦੇ ਧੋ ਕੇ ਦੁਬਾਰਾ ਢੰਗ ਦਿੱਤੇ ਅਤੇ ਬੈਠਕ ਵਿੱਚ ਨਵੇਂ ਪਰਦਿਆਂ ਨੇ ਬੈਠਕ ਦੀ ਸ਼ਾਨ ਵਧਾ ਦਿੱਤੀ। ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ, ਸੁੱਖੀ ਦਾ ਰੂਪ ਹੋਰ ਵੀ ਨਿਖਰਨ ਲੱਗਾ। ਉਹ ਅਤੇ ਦੀਪੀ ਦੋਨੋਂ ਭੱਜ ਭੱਜ ਕੇ ਕੰਮ ਮੁਕਾ ਦਿੰਦੀਆਂ। ਗੁਰਦੁਆਰਾ ਸਾਹਿਬ ਗਰੇਵਾਲ ਸਾਹਿਬ ਦੇ ਕੁਲਜੀਤ ਆਪ ਕਾਰ ਦੇਣ ਗਏ ਅਤੇ ਆਪਣੇ ਸਹੁਰੇ ਵੀ ਕੁਲਜੀਤ ਅਤੇ ਹਰਮੇਲ ਨੂੰ ਨਾਲ ਲੈ ਗਏ। ਬਾਕੀ ਸਭ ਜਗ੍ਹਾ ਹਰਮੇਲ ਅਤੇ ਉਹਨਾਂ ਦਾ ਭਤੀਜਾ ਵਿਆਹ ਦੇ ਕਾਰਡ ਵੰਡਣ ਗਏ। ਬਹੁਤੇ ਦੂਰ ਰਹਿੰਦੇ ਰਿਸ਼ਤੇਦਾਰਾਂ ਨੂੰ ਕਾਰਡ ਡਾਕ ਰਾਹੀਂ ਪਹਿਲਾਂ ਹੀ ਭੇਜ ਦਿੱਤੇ ਸਨ। ਅੱਜ ਘਰ ਵਿੱਚ ਅਖੰਡ ਪਾਠ ਰੱਖਣਾ ਸੀ ਅਤੇ ਸਾਰੇ ਇਸ ਵਕਤ ਹੀ ਉੱਠ ਗਏ। ਸੁੱਖੀ ਅਤੇ ਦੀਪੀ ਦੋਵਾਂ ਨੇ ਆਪ ਬੈਠਕ ਦੀ ਸਫਾਈ ਕਰਕੇ ਦਰੀਆਂ ਅਤੇ ਚਾਦਰਾਂ ਵਿਛਾਈਆਂ। ਪਿੰਡ ਤੋਂ ਵੀ ਉਸਦੇ ਦਾਦਾ ਸਰਪੰਚ ਸਾਹਿਬ ਅਤੇ ਚਾਚੇ ਦੇ ਮੁੰਡੇ ਪਹੁੰਚ ਗਏ ਸਨ। ਉਹਨਾਂ ਸਭ ਨੇ ਮਿਲ ਕੇ ਚੰਦੋਆ ਸਾਹਿਬ ਲਗਾਇਆ ਅਤੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਲੈਣ ਚਲੇ ਗਏ। ਜਦੋਂ ਉਹ ਘਰ ਪਹੁੰਚੇ ਤਾਂ ਇੰਨੇ ਨੂੰ ਦੀਪੀ ਅਤੇ ਸੁੱਖੀ ਨੇ ਕਿਆਰੀਆਂ ਵਿੱਚੋਂ ਫੁੱਲ ਤੋੜ ਲਏ ਸਨ। ਬਾਬਾ ਜੀ ਦਾ ਸਰੂਪ ਗਰੇਵਾਲ ਸਾਹਿਬ ਜੀ ਦੇ ਸਿਰ 'ਤੇ ਚੁੱਕਿਆ ਸੀ। ਉਹਨਾਂ ਲੱਕ ਦੇ ਦੁਆਲੇ ਕਮਰ ਕੱਸਾ ਬੰਨਿਆ ਹੋਇਆ ਸੀ। ਹਰਮੇਲ ਚੋਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਅਤੇ ਉਸਦੇ ਚਚੇਰੇ ਦੋਵੇਂ ਭਰਾ ਇੱਕ ਨੇ ਕੜਿਆਲ ਅਤੇ ਦੂਜਾ ਜਲ ਛਿੜਕ ਰਿਹਾ ਸੀ। ਘਰ ਦੇ ਮੁੱਖ ਗੇਟ ਦੇ ਅੱਗੇ ਕੁਲਜੀਤ ਨੇ ਸਭ ਦੇ ਪੈਰ ਧੋਤੇ ਅਤੇ ਸਾਰੇ ਅੰਦਰ ਆ ਗਏ। ਬਾਬਾ ਜੀ ਦਾ ਪ੍ਰਕਾਸ਼ ਵਿਰਾਜਮਾਨ ਕੀਤਾ, ਅਰਦਾਸ ਕੀਤੀ ਅਤੇ ਪਾਠ ਦੀ ਆਰੰਭਨਾ ਹੋ ਗਈ। ਸਾਰੇ ਪਰਿਵਾਰ ਨੇ ਮਿਲ ਕੇ 3 ਦਿਨ ਪਾਠੀ ਸਿੰਘਾਂ ਦੀ ਪੂਰੀ ਸੇਵਾ ਕੀਤੀ ਅਤੇ ਪਾਠ ਸੁਣਿਆ। ਅਖੀਰਲੇ ਦਿਨ ਪਾਠ ਦੀ ਸਮਾਪਤੀ 'ਤੇ ਜਦੋਂ ਭਾਈ ਸਾਹਿਬ ਜੀ ਨੇ ਅਰਦਾਸ 'ਚ ਸੁੱਖੀ ਦਾ ਨਾਮ ਲੈ ਕੇ ਅਰਦਾਸ ਕੀਤੀ ਤਾਂ ਉਸ ਦੀਆਂ ਅੱਖਾਂ 'ਚ ਮੱਲੋ ਮੱਲੀ ਹੰਝੂ ਆ ਗਏ। ਕੋਲ ਖੜੀ ਕੁਲਜੀਤ ਨੇ ਉਸਦੇ ਮੋਢੇ 'ਤੇ ਹੱਥ ਰੱਖ ਹੌਸਲਾ ਦਿੱਤਾ, ਜਦਕਿ ਉਸਦੇ ਆਪ ਦੇ ਹੰਝੂ ਵੀ ਆਪ ਮੁਹਾਰੇ ਵਗਣ ਲੱਗੇ। ਫਿਰ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਬਾਬਾ ਜੀ ਦਾ ਸਰੂਪ ਬਹੁਤ ਅਦਬ ਨਾਲ ਛੱਡਣ ਗਈ। ਸੁੱਖੀ ਅਤੇ ਦੀਪੀ ਵੀ ਨਾਲ ਹੀ ਗਈਆਂ। ਸੁੱਖੀ ਨੇ ਹਰ ਕਾਰਜ ਸਫਲ ਹੋਣ ਲਈ ਅਰਦਾਸ ਕੀਤੀ। ਫਿਰ ਸਭ ਨੇ ਮਿਲ ਕੇ ਲੰਗਰ ਛਕਿਆ। ਦੀਪੀ ਅਤੇ ਸੁੱਖੀ ਦੀਆਂ ਕੁਝ ਸਹੇਲੀਆਂ ਵੀ ਆਈਆਂ ਹੋਈਆਂ ਸਨ। ਘਰ 'ਚ ਬਹੁਤ ਚਹਿਲ ਪਹਿਲ ਸੀ। ਥੋੜ੍ਹੀ ਦੇਰ ਬਾਅਦ ਨਾਨਕੇ ਵੀ ਆ ਪਹੁੰਚੇ। ਕੁਲਜੀਤ ਨੇ ਸਭ ਦਾ ਸਵਾਗਤ ਕੀਤਾ। ਸ਼ਗਨ ਦੇ ਤੌਰ 'ਤੇ ਥੋੜ੍ਹੀ ਜਿਹੀ ਮਹਿੰਦੀ, ਦੁੱਧ, ਲੱਡੂ, ਕੁਝ ਪੈਸੇ ਅਤੇ ਕੰਬਣੀ ਸਭ ਦੇ ਹੱਥਾਂ 'ਚ ਫੜਾਇਆ। ਫਿਰ ਉਹਨਾਂ ਦਾ ਮੂੰਹ ਮਿੱਠਾ ਕਰਵਾ ਅੰਦਰ ਬਿਠਾ ਚਾਹ ਪਾਣੀ ਦਿੱਤਾ। ਇਸ ਤੋਂ ਬਾਅਦ ਨਾਨਕਿਆਂ ਨੇ ਮੜਾ ਬੰਨਣਾ ਸੀ ਅਤੇ ਮਾਮੀ ਨੇ ਸੁੱਖੀ ਦੀ ਚੂੜਾ ਵੀ ਪਾਉਣਾ ਸੀ। ਸੁੱਖੀ ਨੂੰ ਉੱਥੇ ਬਿਠਾਇਆ ਅਤੇ ਉਸਦੀ ਮਾਮਾ ਮਾਮੀ ਨੇ ਉਸਦੀ ਝੋਲੀ 'ਚ ਸ਼ਗਨ ਦੇ ਕੱਪੜੇ, ਗਹਿਣੇ ਅਤੇ ਹਾਰ ਸ਼ਿੰਗਾਰ ਦਾ ਸਮਾਨ ਦਿੱਤਾ। ਫਿਰ ਉਹਨਾਂ ਕੱਚੇ ਦੁੱਧ 'ਚ ਚੂੜਾ ਧੋ ਕੇ ਉਸਦੀਆਂ ਬਾਹਾਂ 'ਚ ਪਾਇਆ। ਉਸਦੀ ਮਾਮੀ ਨੇ ਉਸਦੇ ਹੱਥਾਂ 'ਤੇ ਚੜੀ ਮਹਿੰਦੀ ਦੇਖ ਕੇ ਕਿਹਾ, ਸਾਡੀ ਤੀ ਕਿੰਨੀ ਲਾਡਲੀ ਹੋਵੇਗੀ ਸੱਸਦੀ, ਵੇਖਾਂ ਕਿੱਡਾ ਰੰਗ ਚੜਿਆ। ਅਤੇ ਉਸਨੇ ਸੁੱਖੀ ਦੇ ਦੋਵੇਂ ਹੱਥ ਫੜ ਕੇ ਚੁੰਮ ਲਏ। ਸੁੱਖੀ ਦੇ ਫਿਰ ਹੰਝੂ ਆ ਗਏ। ਕੁਛ ਨਾਨਕਿਆਂ ਦਾਦਕੀਆਂ ਨੂੰ ਅਤੇ ਦਾਦਕੀਆਂ ਨਾਨਕਿਆਂ ਨੂੰ ਸਿੱਠਣੀਆਂ ਵੀ ਦੇ ਰਹੀਆਂ ਸਨ। ਦਾਦਕੀਆਂ ਨਾਨਕੇ ਆਏ ਨੇ ਵੀ ਨਾਨਕੇ ਆਏ ਨੇ, ਕੁਝ ਲਿਆਏ ਨੇ ਵੀ ਕੁਝ ਲਿਆਏ ਨੇ, ਲਿਆਏ ਬੋਕ ਦੀਆਂ ਟੰਗਾਂ ਵਿੱਚ ਸ਼ਰੀਕੇ ਦੇ ਭੂਰਾ ਭੂਰਾ ਮੁੰਡਾ। ਹਾ ਹਾ ਹਾਸੜ ਜਿਹੀ ਪੈ ਰਹੀ ਜਾਂਦੀ ਸੀ। ਨਾਨਕਿਆਂ ਨਾਨਕੇ ਆਏ ਨੇ
ਵੀ ਨਾਨਕੇ ਆਏ ਨੇ, ਕੀ ਕੁਝ ਲਿਆਏ ਨੇ ਵੀ, ਕੀ ਕੁਝ ਲਿਆਏ ਨੇ ਲਿਆਏ ਛਾਂਪਾਂ ਛੱਲੇ, ਵਿੱਚ ਸ਼ਰੀਕੇ ਦੇ ਹੋ ਗਈ ਬੱਲੇ ਬੱਲੇ, ਵਿੱਚ ਸ਼ਰੀਕੇ ਦੇ ਹੋ ਗਈ ਬੱਲੇ ਬੱਲੇ। ਉੱਧਰ ਸ਼ਿੰਦੇ ਦੇ ਘਰ ਰਿਸ਼ਤੇਦਾਰਾਂ ਦਾ ਕਾਫੀ ਜਮਾਵੜਾ ਸੀ, ਉਹਨਾਂ ਨੇ ਪਾਠ ਰਖਵਾਇਆ ਹੋਇਆ ਸੀ ਤੇ ਭੋਗ ਤੋਂ ਬਾਅਦ ਹੌਲੀ ਹੌਲੀ ਹੋਰ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸਨ। ਸ਼ਿੰਦੇ ਦੇ ਯਾਰ ਦੋਸਤ ਵੀ ਵਾਵਾ ਰੰਗ ਬਣ ਰਹੇ ਸਨ। ਸ਼ਰਾਬ ਦਾ ਦੌਰ ਚੱਲ ਰਿਹਾ ਸੀ, ਸਪੀਕਰ ਤੇ ਕੁਲਦੀਪ ਮਾਨਕ ਦੇ ਗਾਣੇ ਚੱਲ ਰਹੇ ਸਨ। ਕਿਸੇ ਨੇ ਕਿਹਾ ਕਿ ਕੀ ਲਾਇਆ, ਕੋਈ ਹੋਰ ਗਾਣਾ ਲਗਾਓ। ਗਾਣਾ ਤਾਂ ਬਦਲ ਦਿੱਤਾ, ਪਰ ਸ਼ਿੰਦੇ ਦਾ ਦੋਸਤ ਉਸਨੂੰ ਇੱਕ ਪਾਸੇ ਨੂੰ ਲੈ ਗਿਆ। ਯਾਰ ਧਿਆਨ ਰੱਖੀ ਆਪਣਾ ਤੇ ਭਰਜਾਈ ਤੇ ਵੀ ਨਿਗਾਹ ਰੱਖੀ, ਅੱਜ ਕੱਲ ਦੀਆਂ ਕੁੜੀਆਂ। ਉਹ ਅਜੇ ਬੋਲ ਹੀ ਰਿਹਾ ਸੀ ਕਿ ਉਸਦੀ ਭੈਣ ਆ ਗਈ ਤੇ ਉਹ ਚੁੱਪ ਹੋ ਗਿਆ। ਗੱਲ ਬੇਸ਼ੱਕ ਬਦਲ ਗਈ ਸੀ, ਪਰ ਸ਼ਿੰਦੇ ਦੇ ਦਿਲ 'ਚ ਫਿਰ ਉਹੀ ਚਿੱਠੀ ਮੋੜਨ ਵਾਲੀ ਗੱਲ ਘੁੰਮ ਰਹੀ ਸੀ। ਖੈਰ ਨਾਨਕਿਆਂ ਦਾਦਕਿਆਂ ਨੇ ਰੰਗ ਬੰਨਣਾ ਸ਼ੁਰੂ ਕੀਤਾ, ਨਾਨਕ ਸ਼ੱਕ ਵੀ ਬੰਨੇ, ਫਿਰ ਉਹ ਇੱਕ ਦੂਜੇ ਨੂੰ ਸਿੱਠਣੀਆਂ ਦਿੰਦੀਆਂ ਹੋਈ ਫਿਰ ਗਿੱਧਾ ਪਾਉਣ ਲੱਗੀਆਂ। ਬਹੁਤ ਰੌਣਕ ਲੱਗੀ ਹੋਈ ਸੀ। ਸ਼ਿੰਦੇ ਦੇ ਦੋਸਤ ਦੇ ਉਸਨੂੰ ਧੱਕੇ ਨਾਲ ਸ਼ਰਾਬ ਪਿਲਾਈ, ਉਹ ਸਾਰੀ ਦੇਰ ਰਾਤ ਤੱਕ ਨੱਚਦੀ ਰਹੀ। ਸਵੇਰੇ ਸ਼ਿੰਦੇ ਦੀ ਬਰਾਤ ਚੜ੍ਹਨੀ ਸੀ, ਸਾਰੇ ਰਿਸ਼ਤੇਦਾਰ ਤਿਆਰ ਹੋਏ ਖੜ੍ਹੇ ਸਨ, ਪਰ ਸ਼ਿੰਦਾ ਹੀ ਸਭ ਤੋਂ ਲੇਟ ਸੀ ਕਿਉਂਕਿ ਉਸਦਾ ਸਿਰ ਦੁੱਖ ਰਿਹਾ ਸੀ ਤੇ ਪੱਗ ਨਹੀਂ ਬੰਨ ਹੋ ਰਹੀ ਸੀ। ਉਸਨੂੰ ਨਿੰਬੂ ਪਾਣੀ, ਲੱਸੀ ਤੇ ਫਿਰ ਦਵਾਈ ਖਵਾਈ ਤਾਂ ਕਿਤੇ ਜਾ ਕੇ ਉਹ ਤਿਆਰ ਹੋਇਆ। ਉਸਦੀ ਭੈਣ ਤੇ ਜੀਜਾ ਵੀ ਬਹੁਤ ਗੁੱਸਾ ਕਰ ਰਹੇ ਸਨ। ਖੈਰ ਧੰਨਵਾਦ ਜੀ ਸਾਰਿਆਂ ਦਾ ਇੱਕ ਨਾਵਲ ਸੁਣਨ ਦੇ ਲਈ। ਅਗਲਾ ਭਾਗ ਕੱਲ੍ਹ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ। ਬਣੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।